Under the way of talking, way of convincing core person tackling handling, he will be successful. ਉਹ ਬੜੀ ਕੰਨਡਰਸੈਂਡਿੰਗ ਇਸਟੇਫ ਲਾਈ ਹੋਈ ਆ ਨਾਥਿੰਗ ਕੈਨ ਡਲ ਨਾਥਿੰਗ ਕੈਨ ਬੀ ਚੀਜ ਵਿਦਾਊਟ ਲੱਕ ਮੈਨ ਪਰਪਸ ਇਸ ਗੋਡਸ ਡਿਸਪੋਜ਼ੀਸ਼ਨ ਲੋਕਾਂ ਨੇ ਮੈਨੂੰ ਜ਼ੋਰ ਪਾ ਕੇ ਐਮਸੀ ਦੇ ਇਲੈਕਸ਼ਨ ਭਰਾਤੇ ਮੈਂ ਕਹਾ ਮੈਂ ਤਾਂ ਐਮਸੀ ਦੇ ਇਲੈਕਸ਼ਨ ਨਹੀਂ ਲੜਨੇ ਪਰ ਕਈ ਕਹਿੰਦੇ ਤੂੰ ਐਮਪੀ ਦਾ ਕੈਂਡੀਡੇਟ ਹੋਗੇ ਤਾਂ ਐਮਸੀ ਦੇ ਇਲੈਕਸ਼ਨ ਲੜੇਗਾ ਐਮਪੀ ਦਾ ਕੈਂਡੀਡੇਟ ਹੋਗੇ ਤਾਂ ਐਮਸੀ ਦੇ ਇਲੈਕਸ਼ਨ ਲੜੇਗਾ ਉਹ ਜਿੱਦ ਨੇ ਰੈਲੀ ਕੱਢੀ ਕੱਢਣੀ ਸੀ ਤੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਪਾਤਾ ਕਿ ਵੀ ਇਹਨੇ ਮਾਝੀ ਕੋਲ ਤੇ ਟੈਲੀ ਕੱਢਣੀ ਹੈ ਲੋਕ ਹੁਣ ਵੀ ਮੈਂ ਜਦੋਂ ਲੱਗਣਾ ਲੋਕੀ ਕਹਿੰਦੇ ਤੁਸੀਂ ਤੁਸੀਂ ਸੈਲੀਬ੍ਰਿਟੀ ਹੈਗੇ ਤੁਸੀਂ ਸਾਡੇ ਨਾਲ ਫੋਟੋਆਂ ਹੀ ਢੜੀਆਂ ਖਿੱਚਣੀਆਂ ਤਾਂ ਨਹੀਂ ਮੇਰੇ ਨਾਂ ਦਾ ਲੋਕੀ ਮਿਸ ਜੂਸਾ ਕੇ ਬਾਰੋਂ ਪੈਸਾ ਮੰਗੂਗਾ ਕੇ ਆਖਰੀਆਂ ਪ੍ਰਾਪਤੀਆਂ ਕੋਟੀਆਂ ਗੱਡੀਆਂ ਕਾਰਾਂ ਪਲਾਟ ਸੋਨੇ ਖਰੀਦ ਕੇ ਬੈਗੇ ਨੇ ਦੇ ਹੈਵ ਨੋ ਕਾਮਨ ਸੈਂਸ ਦੇ ਹੈਵ ਨੋ ਐਟੀਕੈਟਸ ਦੇ ਹੈਵ ਨੋ ਕੰਟਰੋਲ ਓਵਰ ਦੇਰ ਸੈਲਫ ਚੀਟੀ ਟੂ ਮੀ ਚੀਟੀ ਟੂ ਮੀ ਕਿ ਜੇ ਪਾਰਟੀ ਤੁਹਾਨੂੰ ਕੋਈ ਸ਼ਾਮਲ ਕਰਦੀ ਏ ਤੁਸੀਂ ਕਿਹੜੀ ਪਾਰਟੀ 'ਚ ਸ਼ਾਮਲ ਹੋਣਾ ਪਸੰਦ ਕਰੋਗੇ ਮੈਂ ਕਹਿੰਦਾ ਕਿਸੇ ਪਾਰਟੀ 'ਚ ਨਹੀਂ ਮੈਂ ਜਾਣਾ ਮੈਂ ਆਪਣੀ ਖੁਦ ਦੀ ਪਾਰਟੀ ਨਵੀਂ ਸਟੈਂਡ ਕਰਾਂਗਾ ਕੋਈ ਕਾਲਾ ਨਹੀਂ ਕੋਈ ਗੋਰਾ ਨਹੀਂ ਕੋਈ ਮੀਰ ਨਹੀਂ ਕੋਈ ਗਰੀਬ ਨਹੀਂ ਨਫਰਤ ਦੇ ਬੀਜ ਨਹੀਂ ਬੋਨੇ ਅਸਲ ਕਹਾਣੀ ਆ ਕਿ ਲੋਕਾਂ ਦਾ ਕੰਮ ਹੋਣਾ ਚਾਹੀਦਾ ਹੈ ਕੋਈ ਕਾਲਾ ਨਹੀਂ ਕੋਈ ਗੋਰਾ ਨਹੀਂ ਕੋਈ ਕਾਲਾ ਨਹੀਂ ਕੋਈ ਗੋਰਾ ਨਹੀਂ ਤਾਨੂੰ ਸਟੇਰ ਦੇ ਚੋ ਕਿਹੜੇ ਵਧੀਆ ਲੱਗਦੇ ਜਿਹੜੇ ਤੁਹਾਡੇ ਨਾਲ ਜੁੜ ਜਾਂਦੇ ਤੇ ਵਧੀਆ ਕੰਮ ਹੋਵੇ ਨਵਜੋਤ ਸਿੰਘ ਸਿੱਧੂ ਜੀ ਹੋ ਗਏ ਨਵਜੋਤ ਸਿੰਘ ਸਿੱਧੂ ਜੀ ਹੋ ਗਏ ਮੈਨੂੰ ਕੰਟੈਕਟ ਕਰ ਸਕਦੇ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਕੋਬਲਾਈਜ਼ ਬਹੁਤ ਬਹੁਤ ਥੈਂਕਸ ਨਗਰ ਨਿਗਮ ਦੀਆਂ ਚੋਣ ਦੌਰਾਨ ਇੰਡੀਪੈਂਡੈਂਟ ਕੈਂਡੀਡੇਟ ਜਿਨ੍ਹਾਂ ਦਾ ਚੋਣ ਨਿਸ਼ਾਨ ਕੇਕ ਸੀ ਕੇਕ ਨਿਸ਼ਾਨ ਦੇ ਵਿਨੇ ਮਾਇਂ ਬਟਾਲੇ ਦੇ ਉੱਤੋਂ ਕਾਉਂਸਲਰ ਦੇ ਚੋਣ ਲਈ ਖੜਾ ਹੋਇਆ ਇੰਡੀਪੈਂਡੈਂਟ ਕੈਂਡੀਡੇਟ ਸੀ ਕਿਉਂਕਿ ਉਸ ਸ਼ਖਸ ਨੂੰ ਬਹੁਤ ਸ਼ੌਂਕ ਸੀ ਕਿ ਮੈਂ ਵੀ ਕਿਤੇ ਇਲੈਕਸ਼ਨਾਂ ਦੇ ਦੌਰਾਨ ਕਿਤੇ ਅੱਗੇ ਆਵਾਂ ਕੋਈ ਇੱਕ ਲੀਡਰ ਬਣਾ ਦੇ ਆਪਣੇ ਸ਼ਹਿਰ ਦਾ ਵਿਕਾਸ ਕਰਾ ਸਕਾਂ ਤੇ ਸ਼ਹਿਰ ਦੀਆਂ ਜਿਹੜੇ ਕੰਮ ਨਹੀਂ ਹੋ ਰਹੇ ਰੁਕੇ ਹੋਏ ਕੰਮ ਨੇ ਉਹਨਾਂ ਨੂੰ ਪੂਰਾ ਕਰ ਸਕਾਂ ਅਤੇ ਲੋਕਾਂ ਦੀ ਸੇਵਾ ਕਰ ਸਕਾਂ ਜਿਸ ਤਰ੍ਹਾਂ ਜਲੰਧਰ ਨੀਟੂ ਸ਼ਟਰਾਵਾਲੇ ਨੇ ਇੱਕ ਇਲੈਕਸ਼ਨਾਂ ਦੇ ਦੌਰਾਨ ਆਪੇ ਵੀ ਉਹ ਇਲੈਕਸ਼ਨਾਂ ਦੇ ਉਸ ਟਾਈਮ ਇੰਡੀਪੈਂਡੈਂਟ ਕੈਂਡੀਡੇਟ ਖੜਾ ਹੋਇਆ ਸੀ ਤੇ ਉਸ ਨੂੰ ਜਿਸ ਟਾਈਮ ਚੋਣਾਂ ਦੀ ਗਿਣਤੀ ਹੁੰਦੀ ਹੈ ਤੇ ਉਹਦੀਆਂ ਵੋਟਾਂ ਨਿਕਲਦੀਆਂ ਵਿੱਚੋਂ ਬਖਸ਼ੇ ਦੇ 5 ਸਿਰਫ 5 ਵੋਟਾਂ ਹੁੰਦੀਆਂ ਤੇ ਪੱਬਾ ਮਾਰਮਰ ਰੋਂਦਾ ਕਿ ਮੇਰੇ ਘਰ ਦੇ ਨੇ ਵੀ ਮੈਨੂੰ ਵੋਟ ਨਹੀਂ ਪਾਈ ਇਸੇ ਤਰ੍ਹਾਂ ਹੀ ਸਾਡਾ ਵੀਰ ਵਿਨੇ ਮਹਾਜਨ ਜੋ ਬਟਾਲੇ ਤੋਂ ਇੰਡੀਪੈਂਡੈਂਟ ਕੈਂਡੀਡੇਟ ਕਾਉਂਸਲਰ ਦੇ ਚੋਣ ਕਾਉਂਸਲਰ ਦੇ ਚੋਣ ਲਈ ਖੜਾ ਹੋਇਆ ਸੀ ਪਰ ਜਿਸ ਟਾਈਮ ਗਿਣਤੀ ਹੁੰਦੀ ਹੈ ਉਹਨਾਂ ਨੂੰ ਵੀ ਵੋਟਾਂ ਨੀਟੂ ਸ਼ਟਰਾਂ ਵਾਲੇ ਤੋਂ ਵੱਧ ਜ਼ਰੂਰ ਨਿਕਲਦੀਆਂ ਆ ਪਰ ਨਿਕਲਦੀਆਂ 7 ਵੋਟਾਂ ਨੇ ਉਹਨਾਂ ਦੀਆਂ ਵੀ ਗਲਬਤ ਕਰਦੇ ਆਂ ਵਿਨੇਮਾਹਨਾ 15 ਵੋਟਾਂ ਸੌਰੀ 15 ਵੋਟਾਂ ਨਿਕਲਦੀਆਂ ਨੇ 3 ਗੁਣਾ ਵੱਧ ਨਿਕਲਦੀਆਂ ਨੇ ਟੂ ਸ਼ਟਰਾਂ ਵਾਲੇ ਨੇ ਗਲਬਤ ਕਰਦੇ ਆਂ ਵਿਨੇਮਾਹਨਾ ਕਿ ਅਗੋਂ 2022 ਦੇ ਇਲੈਕਸ਼ਨ ਆ ਰਹੇ ਨੇ 2022 ਦੇ ਇਲੈਕਸ਼ਨ ਨੂੰ ਲੈ ਕੇ ਕੀ ਇਹਨਾਂ ਦਾ ਸਾਰਾ ਏਜੰਡਾ ਤਿਆਰ ਕੀਤਾ ਇਹਨਾਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਜੈ ਮਾਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਨੇਮਾਹ ਤਹਿਸੀਲ ਬਡਾਲਾ ਜ਼ਿਲ੍ਹਾ ਗਰਦਾਸਪੁਰ ਤੋਂ ਬਿਲੋਂਗ ਕਰਦਾ ਮੈਂ ਇੱਕ ਸਮਾਜ ਸੇਵਕ ਦੇ ਤੌਰ ਤੇ ਛੋਟੀ ਉਮਰ ਦੇ ਜਪੜਦੇ ਆ ਪਰਦੇ ਸਕੂਲ ਕੋਲ ਟਾਈਮ ਤੋਂ ਲੋਕਾਂ ਦੇ ਵਿੱਚ ਕਈ ਸਾਲਾਂ ਤੋਂ ਵਿਚਰਦਾ ਆ ਰਿਹਾ ਹਾਂ ਜਿਹੜੇ ਲੋਕਾਂ ਦੇ ਕੋਈ ਕੰਮ ਮੇਰਾ ਮਦਦ ਹੀ ਰਹਿਮਤ ਦੇ ਲ ਇਸ ਤਰ੍ਹਾਂ ਦਾ ਕਿ ਲੋਕ ਕਹਿੰਦੇ ਆਗੇ ਕਿ ਸਾਡਾ ਕੰਮ ਨਹੀਂ ਕੋਈ ਕਰਦੇ ਕਿਸੇ ਮੈਕਮੇਜੇ ਕੇ ਦਫਤਰ ਡਿਪਾਰਟਮੈਂਟ ਦੇ ਲੋਕ ਹੀ ਜਾਂਦੇ ਕਹਿੰਦੇ ਸਾਡਾ ਕੰਮ ਨਹੀਂ ਕਰਦੇ ਮੈਂ ਦੱਸੋ ਕਿਦਾਂ ਕੰਮ ਨਹੀਂ ਹੁੰਦਾ ਹੈਗਾ ਕਿਉਂਕਿ ਬੰਦੇ ਦੀ ਵੇ ਆਫ ਟਾਕਿੰਗ ਵੀ ਆਫ ਕਨਵਿੰਸਿੰਗ ਕੋਪਰਸ਼ਨ ਟੈਕਲਿੰਗ ਹੈਂਡਲਿੰਗ ਹੀ ਵਿਲ ਬੀ ਸਕਸੈਸਫੁਲ ਨੋਬਾਡੀ ਕੈਨ ਅੰਡਰਸਟੈਂਡ ਹਿਸ ਸਟਰੀ ਆਫ ਲਾਈਫ ਵੀ ਆ ਨਾਥਿੰਗ ਅਟਲ ਨਾਥਿੰਗ ਕੈਨ ਬੀ ੀਟ ਮੇਰੀ ਥਿਊਰੀ ਇਹ ਹੁੰਦੀ ਹੈ ਕਿ ਜਿਹੜੇ ਲੋਕ ਜਿਸ ਡਿਪਾਰਟਮੈਂਟ ਚ ਕੰਮ ਕਰਦੇ ਆ ਲੋਕਾਂ ਨੂੰ 500 ਦੀ ਨੌਕਰੀ ਨਹੀਂ ਮਿਲਦੀ ਇੰਨੀਆਂ ਡਿਗਰੀਆਂ ਪੜਾਈਆਂ ਕਰਕੇ ਸਰਕਾਰ ਦੇ ਤਿੱਕੇ ਖਾਂਦੇ ਆ ਕਿ ਸਾਨੂੰ ਪਾਜੀ ਲਵਾਓ ਕਿਤੇ ਕਿਉਂਕਿ ਮੈਂ ਕੋਈ ਮੁੱਖ ਮੰਤਰੀ ਤਾਂ ਮੈਂ ਕਹਾਂ ਹੈ ਨਹੀਂ ਨਾਮ ਮੇਰੇ ਹੱਥ ਚ ਕੋਈ ਪਾਵਰ ਹੈਗੀ ਹੈ ਕਿ অথਟੀ ਹੈਗੀ ਕਿ ਜੇਰੇ ਮੈਂ ਕਿ ਨੌਕਰੀ ਦਵਾ ਨੌਕਰੀਆਂ ਅਥੋਂ ਤੱਕ ਮੁੱਖ ਮੰਤਰੀ ਵੀ ਨਹੀਂ ਦਵਾ ਸਕਦਾ ਕਿਸੇ ਨੂੰ ਕਿਉਂਕਿ ਮੁੱਖ ਮੰਤਰੀ ਦੇ ਹੱਥ ਚ ਪਾਵਰ ਹੁੰਦੀ ਹੈ ਲੇਕਿਨ ਲੀਗਲੀ ਕੰਮ ਹੋਣਾ ਜੋ ਵੀ ਹੋਣਾ ਵਾ لیکن کہہندہ مطلب ਹੈਗਾ ਕਿ ਜਿਹੜਾ ਕੰਮ ਮਤਲਬ ਕਿ ਪਾਸਿਬਿਲਟੀ ਹੈਗੀ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਰੀਆਂ ਉਹਨਾਂ ਦਾ ਫਰਜ ਹੁੰਦਾ ਕਿ ਲੋਕਾਂ ਨੂੰ ਅਕਮੋਡੇਟ ਕਰਨਾ ਸਰਕਾਰ ਤਨਖਾਹਾਂ ਦਿੰਦੀ ਹੈ ਗੱਲ ਕਰਨ ਦੀਆਂ ਨਹੀਂ ਦਿੰਦੀ ਕੰਮ ਕਰਨ ਦੀਆਂ ਤਨਖਾਹਾਂ ਦਿੰਦੀ ਹੈਗੀ ਹੈ ਹਰ ਇੱਕ ਦੀ ਜਾਨ ਨੂੰ ਆਪਣੀ ਜਾਨ ਸਮਝਿਆ ਲੀਗਲੀ ਤੌਰ ਤੇ ਕੰਮ ਕਰਨਾ ਚਾਹੀਦਾ ਤਾਂ ਕਿ ਕਿਸੇ ਨੂੰ ਕੋਈ ਇੱਕ ਕਿਸਮ ਦੀ ਕੋਈ ਅਸੂਦਾ ਪੈਦਾ ਨਾ ਹੋਵੇ ਕਿਉਂਕਿ ਦੁਨੀਆ ਜਿਹੜਾ ਇੱਕ 92 ਸਾਲ ਦਾ ਬੰਦਾ ਹੈ ਡੈਟ ਵਿੱਚ ਕੈਨ ਨਾਟ ਬੀ ਪੋਸੀਬਲ ਉਹ ਆਪਣੀ ਪੈਨਸ਼ਨ ਜਗਰਦਾਫੁਰ ਜਾਂਦੀ ਬੜੀ ਦੂਰ ਦੀ ਗੱਲ ਹੈ ਲੋਕਲ ਆਪਣੇ ਘਰ ਤੋਂ ਗਲੀ ਤੱਕ ਨਹੀਂ ਜਾ ਸਕਦਾ ਮੈਂ ਉਹਨਾਂ ਲੋਕਾਂ ਦੀਆਂ ਪੈਨਸ਼ਨਾਂ ਵਿਧਵਾ ਭਰਾਪਾ ਹੈਂਡੀਕੈਡ ਲੜਾਈਆਂ ਝਗੜੇ ਲੋਕੀ ਥਾਣਿਆਂ ਕਿ ਚੈਨੇ ਚੱਲਦੇ ਨੇ ਮੈਂ ਇਸ ਜਬਾਨ ਕਨਵਿੰਸ ਕਰਨ ਦੇ ਉੱਤੇ ਇਹਨਾਂ ਲੋਕਾਂ ਦੇ ਫ੍ਰੀ ਆਫ ਕੋਸਟ ਇਸ ਤਰ੍ਹਾਂ ਕੰਮ ਕਰਾਇਆ ਕਈ ਲੋਕ 20-20 ਸਰ ਕੀ ਇਸ ਲਟਕਾ ਛੜਦੇ ਨੇ ਬੰਦੇ ਦੀ ਨਾਲਜ ਹੋਣੀ ਚਾਹੀਦੀ ਹੈ ਕੋਆਪਰੇਸ਼ਨ ਸਹੀ ਹੋਵੇ ਤਾਂ ਥੇਰ ਇਜ਼ ਨੋ ਪ੍ਰੋਬਲਮ ਐਟ ਆਲ ਨੋ ਆਬਜੈਕਸ਼ਨ ਐਟ ਆਲ ਬਾਕੀ ਦੇ ਇਲੈਕਸ਼ਨਾਂ ਦੀ ਗੱਲ ਕੀ ਅੱਜ ਤੋਂ 2019 ਦੇ ਵਿੱਚ ਪਾਣੀ ਸਾਡਾ ਆਲਵਰ ਬਟਾਲਾ ਡਿਮੋਲੀ ਸੀ ਲੋਕਾਂ ਦੇ ਕਨਵਿੰਸ ਤੇ ਪ੍ਰੈਸ਼ਰਾਈਜ਼ ਕਰਨ ਦੇ ਉੱਤੇ ਮੈਂ ਇੱਕ ਵੀਡੀਓ ਛੋਟੀ ਜੀ ਪਾਈ ਸੀ ਜਿਹਦੇ ਉੱਤੇ ਸੈਂਟਰ ਤੇ ਪੰਜਾਬ ਗਵਰਨਮੈਂਟ ਨੇ ਮੇਰੀ ਨਿੱਕੀ ਜੀ ਅਰਜ ਨੂੰ ਧਿਆਨ ਦੇ ਵਿੱਚ ਰੱਖਦੇ ਆ ਦੂਜੇ ਦਿਨ ਗੱਡੀਆਂ ਕਰਕ ਸਾਡੇ ਬਟਾਲਾ ਕਾਦੀਆਂ ਚੁੰਗੇ ਤੇ ਆ ਕੇ ਉਹਨਾਂ ਨੇ ਮੌਕਾ ਵੇਖਿਆ ਮੁਆਨਾ ਕੀਤਾ ਤੇ ਬਿਲਕੁਲ ਆਦ ਵਾਲਾ ਬਟਾਲਾ ਡਮੋਲੀ ਸੀ ਤੇ ਤਿੰਨ ਦਿਨ ਬਾਅਦ ਸਾਡੇ ਬਟਾਲੇ ਦੀਆਂ ਸਰਕਾਂ ਆਲ ਔਰ ਪੰਜਾਬ ਆਲ ਔਰ ਗਰਦਾਸਪੁਰ ਆਲ ਔਰ ਇੰਡੀਆ ਸੈਂਟਰ ਗਵਰਨਮੈਂਟ ਦੇ ਰਹਿਨਮਾਈ ਹੇਤ ਸਾਰੇ ਆਲ ਔਰ ਇੰਡੀਆ ਚ ਹੁਣ ਸਰਕਾਂ ਪਿੰਡਾਂ ਪਿੰਡਾਂ ਗਲੀ ਗਲੀ ਮੱਲੇ ਮੱਲੇ ਵਿੱਚ ਬਣਨ ਡੀਆਂ ਨੇ ਲੈਵਲ ਦੇ ਆਧਾਰ ਤੇ ਲੋਕਾਂ ਨੇ ਮੇਰੀ ਆ ਮਤਲਬ ਕੀ ਗੱਲਬਾਤ ਨੂੰ ਦੇਖਦੇ ਲੋਕੀ ਜਿਹਨੂੰ ਮੈਂ ਹੁਣ ਕਹਿੰਦੇ ਕਿ ਐਮਐਲਏ ਦੇ ਇਲੈਕਸ਼ਨ ਤੇ ਇਸ ਸਾਲ ਨੂੰ ਹੈ ਤਾਂ ਤੂੰ ਐਮਸੀ ਦੇ ਭਰ ਲੋ ਲੋਕਾਂ ਨੇ ਮੈਨੂੰ ਜ਼ੋਰ ਪਾ ਕੇ ਐਮਸੀ ਦੇ ਇਲੈਕਸ਼ਨ ਭਰਾ ਤੇ ਮੈਂ ਕਿਹਾ ਮੈਂ ਤਾਂ ਐਮਸੀ ਦੇ ਇਲੈਕਸ਼ਨ ਨਹੀਂ ਲੜਨੇ ਪਰ ਕਈ ਕਹਿੰਦੇ ਤੂੰ ਐਮਪੀ ਜਾਂ ਕੈਂਡੀਡੇਟ ਹੋ ਗਿਆ ਤਾਂ ਐਮਸੀ ਦੇ ਇਲੈਕਸ਼ਨ ਲੜੇਗਾ ਤੇ ਮੈਂ ਕਿਹਾ ਚਲੋ ਲੋਕਾਂ ਨੂੰ ਮੇਰਾ ਪਿਆਰ ਹੈ ਲੋਕਾਂ ਨੇ ਭਰਾ ਤੇ ਮੈਂ ਐਮਪੀ ਦੇ ਇਲੈਕਸ਼ਨ ਐਮਸੀ ਦੇ ਇਲੈਕਸ਼ਨ ਭਰਨ ਤੋਂ ਬਾਅਦ ਲੋਕੀ ਉਸੇ ਦਿਨ ਜੁੜ ਗਏ ਤਾਂ ਕੇਕ ਦਾ ਨਿਸ਼ਾਨ ਮੈਂ ਆਪੇ ਸਿਲੈਕਟ ਕੀਤਾ ਮੈਂ ਕਿਹਾ ਕੇਕ ਜਿਹੜਾ ਨਿਸ਼ਾਨ ਹੈਗਾ ਖੁਸ਼ੀ ਦੇ ਮੌਕੇ ਤੇ ਹਰ ਵਕਤ ਹਰ ਥਾਂ ਤੇ ਵਰਤਿਆ ਜਾਂਦਾ ਹੈਗਾ ਕੇਕ ਦਾ ਨਿਸ਼ਾਨ ਮੈਂ 190 ਕ ਮਤਲਬ ਕਿ ਹੁਣੇ ਨੇ ਜਿਹੜੇ ਨਿਸ਼ਾਨ ਜਿਨ੍ਹਾਂ ਚੋਂ ਮੈਂ ਕੇਕ ਦਾ ਨਿਸ਼ਾਨ ਸਿਲੈਕਟ ਕੀਤਾ ਉਹ ਸਿਲੈਕਟ ਕਰਨ ਤੋਂ ਬਾਅਦ ਮੈਂ ਸ਼ਾਮ ਨੂੰ ਦੋ ਦਿਨ ਇੱਕ ਦਿਨ ਦੇ ਵਿੱਚ ਉਹਨਾਂ ਨੇ ਮੇਰੇ ਨਾਲ ਲੋਕੀ ਕੋਆਪਰੇਟ ਹੋ ਗਏ ਬਿਲਕੁਲ ਉਹਨਾਂ ਨੇ ਫਟਾਫਟ ਰੈਲੀਆਂ ਕੱਢਣੀਆਂ ਸ਼ੁਰੂ ਕਰਤੀਆਂ ਮੈਂ ਕਿਹਾ ਦੋ ਟੂ ਡੋਰ ਅਸੀਂ ਜਾਵਾਂਗੇ ਲੋਕਾਂ ਨੂੰ ਸਾਰੀ ਦੁਨੀਆ ਮੈਨੂੰ ਜਾਣਦੀ ਐ ਸਿੰਪਲ ਜਿਹਾ ਇੱਕ ਨਿੱਕਾ ਜਿਹਾ ਵਾਰਡ ਹੈਗਾ ਐ ਆਲ ਓਵਰ ਮੈਨੂੰ ਮੈਂ ਕਿਹਾ ਸੋਸ਼ਲ ਮੀਡੀਆ ਤੇ ਵੈਸੇ ਲੋਕੀ ਜਾਣਦੇ ਕੋਈ ਰੈਲੀ ਕੱਢਣ ਦੀ ਲੋੜ ਨਹੀਂ ਕੋਈ ਸਰੋਪੇ ਪਾਉਂਦੀ ਕੋਈ ਲੋੜ ਨਹੀਂ ਕੋਈ ਹਾਰ ਪਾਉਂਦੀ ਲੋੜ ਨਹੀਂ ਕੋਈ ਬੈਨਰ ਲਾਉਣ ਦੀ ਲੋੜ ਨਹੀਂ ਕੋਈ ਐਡਵਰਟਾਈਜ਼ਮੈਂਟ ਰਿਕਸ਼ੇ ਤੇ ਕਰਨ ਦੀ ਲੋੜ ਨਹੀਂ ਕਿਉਂਕਿ ਆਟੋਮੈਟਿਕਲੀ ਅੰਡਰਸਟੂ ਕਾਨੂੰਨ ਦਾ ਪੱਕਾ ਹੈਗਾ ਲੀਗਲੀ ਗੱਲ ਕਰਦਾ ਹੈਗਾ ਸਚਾਈ ਬਿਲਕੁਲ ਮੈਂ ਲੀਗਲੀ ਹੋਂ ਤੱਕ ਗੱਲ ਕਰਦਾ ਹਰ ਮਹਿਕਮੇ ਚ ਕੰਮ ਕਰੇ ਲੋਕੀ ਝੂਠ ਬੋਲਦੇ ਝੂਠ ਬੋਲਦੇ ਫੜੇ ਜਾਂਦੇ ਸਚਾਈ ਦੱਸਦਾ ਕੋਈ ਨਹੀਂ ਦੂਜੀ ਗੱਲ ਕੀ ਉਹਨਾਂ ਨੇ ਮੇਰੀਆਂ ਘੋੜੀ ਤੇ ਖੁਸ਼ੀ ਨਾਲ ਰੈਲੀਆਂ ਕਰਤੀਆਂ ਉਹ ਜਿੱਦ ਨੇ ਰੈਲੀ ਕੱਢੀ ਕੱਢਣੀ ਸੀ ਤੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਪਤਾ ਕਿ ਵਿਨੇ ਮਾ ਦੀ ਘੋੜੀ ਤੇ ਟੈਲੀ ਕਰਨੀ ਮੈਂ ਕਹ ਕੋਈ ਘੋੜੀ ਨਹੀਂ ਕਰਦੀ ਕੋਈ ਲੋਰ ਮੈਨੂੰ ਸ਼ਰਮ ਆਉਂਦੀ ਬੁਰਾ ਲੱਗਦਾ ਬੇਇਜ਼ਤੀ ਹੁੰਦੀ ਹੈ ਕਿ ਲੋਕੀ ਕੀ ਸੋਚਣਗੇ ਮੈਂ ਕਹ ਡੋਰ ਟੂ ਡੋਰ ਜਾਣਾ ਬੰਦਾ ਹੈ ਇਹਨਾਂ ਨੇ ਸੋਸ਼ਲ ਮੀਡੀਆ ਤੇ ਪਾਇਆ ਤਾਂ ਆਟੋਮੈਟਿਕਲੀ ਪਤਾ ਨਹੀਂ ਕਿੰਨੇ ਘਰੇ ਦੋ 15 1600 ਹਰੇਕ 8 1000 ਬੰਦਾ ਆਟੋਮੈਟਿਕਲੀ ਆਪਣੇ ਆਪ ਹੀ ਜੁੜ ਗਿਆ ਪਏ ਕਿਤੋਂ ਕਿਤੋਂ ਲੋਕ ਹੀ ਆ ਗਏ ਮੈਂ ਕਿਹਨੂੰ ਨਹੀਂ ਸੱਦਿਆ ਤੇ ਜਿਹੜੇ ਜਦੋਂ ਮੇਰੀ ਰੈਲੀ ਨਿਕਲਦੀ ਸੀ ਤਾਂ ਕਈ ਐਮਸੀ ਜਿਹੜੇ ਦੋ ਦੋ ਤਿੰਨ ਤਿੰਨ ਬੰਦੇ ਲੈ ਕੇ ਰੈਲੀ ਕੱਢਣ ਜਾਂਦੇ ਹੈਗੇ ਤੇ ਉਹ ਕਹਿੰਦੇ ਕਿ ਵਿਨੇ ਮਾ ਦੀ ਜਿੱਤ ਪੱਕੀ ਹੈਗੀ ਤੇ ਇਹਨਾਂ ਦੁਨੀਆ ਆਟੋਮੈਟਿਕਲੀ ਕਿਦਾਂ ਜੁੜੀ ਦੀ ਹੈਗੀ ਕਿਉਂਕਿ ਮੈਂ ਦੁਨੀਆ ਵਿੱਚ ਵਿਚਰਿਆ ਤਰੀਕੇ ਨਾਲ ਕੋਰਪੋਰੇਟ ਕਨਵਿንስ ਕੀਤਾ ਕੋਆਪਰੇਸ਼ਨ ਚੰਗੀ ਦਿੰਦਾ ਹੈ ਗੱਲ ਲੜਿਆ ਕੇ ਇਹਨਾਂ ਨਹੀਂ ਜੇ ਕੋਈ ਮਾਰਾ ਕਰਮ ਕਰਦਾ ਹੈ ਜੇ ਮੇਰੀ ਕੋਈ ਲੁਕੀ ਓਟਪਟਕ ਫੋਟੋ ਸੋਸ਼ਲ ਮੀਡੀਆ ਤੇ ਪਾ ਵੀ ਦਿੰਦੇ ਮੈਂ ਤਾਂ ਵੀ ਕੱਖ ਨਹੀਂ ਕਹਿੰਦਾ ਲੋਕੀ ਦੇ ਫੋਟੋ ਫੋਟ ਲੜਨ ਬੈ ਜਾਂਦੇ ਨੇ ਤੇ ਲੋਕਾਂ ਦੇ ਨਾਲ ਲੜਾਈਆਂ ਕਰ ਲੈਂਦੇ ਨਾਲ ਲੋਕਾਂ ਦੇ ਹੱਥੋਂ ਪਾਈ ਹੋਏ ਤੇ ਗਾਲੀ ਗਲੋਚ ਕੱਢ ਕੇ ਤੇ ਆਪਣਾ ਖਰਾਕਤ ਬਾਕੀ ਦੇ 2022 ਦੀ ਗੱਲ ਲੋਕ ਹੁਣ ਵੀ ਮੈਂ ਜਦੋਂ ਲੱਗਣਾ ਲੋਕੀ ਕਹਿੰਦੇ ਤੁਸੀਂ ਤੁਸੀਂ ਸੈਲੀਬ੍ਰਿਟੀ ਹੈਗੇ ਤੁਸੀਂ ਸਾਡੇ ਨਾਲ ਫੋਟੋ ਆਂ ਤੁਹਾਡੀਆਂ ਖਿੱਚਣੀਆਂ ਮੈਂ ਕਹਾਂ ਮੈਂ ਤਾਂ ਕੁਛ ਨਹੀਂ ਤੁਸੀਂ ਜ ਉਹ ਕਰਦੇ ਆ ਕਰਦੇ ਆ ਲੋਕੀ ਮੇਰੀਆਂ ਆਂਦੇ ਜਾਂਦੇ ਆ ਸੋਸ਼ਲ ਮੀਡੀਆ ਦੇ ਆਂਦੇ ਜਾਂਦੇ ਆ ਮੇਰੀਆਂ ਤੁਰਦੇ ਆ ਫਿਰਦੇ ਆ ਰਸਤੇ 'ਚ ਹਰ ਬਾਜ਼ਾਰ ਜਿੱਥੋਂ ਵੀ ਲੰਘਣਾ ਲੋਕੀ ਮੇਰੀਆਂ ਆਪਣੇ ਨਾਲ ਫੋਟੋਆਂ ਸੈਲਫੀਆਂ ਲੈ ਲੈਂਦੇ ਹੈਗੇ ਨੇ ਮੈਂ ਕਹਿੰਦਾ ਜਿਸ ਤਰ੍ਹਾਂ ਤੁਸੀਂ ਉਦਾਂ ਮੈਂ ਆਵਾ ਤਾਂ ਸੈਲਫੀ ਲੈਣ ਦੀ ਕੋਈ ਜ਼ਰੂਰਤ ਨਹੀਂ ਆ ਮੇਰੀ ਫੋਟੋ ਕਿਤੇ ਪਾਣੀ ਤੁਸੀਂ ਅਵੋਇਡ ਕਰੋ ਪਾਣੀਆਂ ਫੋਟੋਆਂ ਕਈ ਲੋਕੀ ਮੈਨੂੰ ਪੁੱਛਿਓ ਬਗੈਰ ਫੋਟੋਆਂ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ ਕਈਆਂ ਲੋਕਾਂ ਨੇ ਮੇਰੇ ਗਰੁੱਪ ਬਣਾਏ ਦੇ ਨੇ ਪਤਾ ਲੱਗਾ ਮੈਨੂੰ ਮੇਰੇ ਪੈਨ ਕਾਰਡ ਆਧਾਰ 'ਗੱਲ ਲੋਕਾਂ ਨੂੰ ਟ੍ਰੇਸ ਕਿਤੇ ਦੇ ਇੱਕ ਤੇ ਫੋਟ ਮੈਨੂੰ ਪਤਾ ਲੱਗਦਾ ਕਿ ਮੇਰੀ ਕਨਵਿੰਸਿੰਗ ਪਾਵਰ ਦੇ ਮੁਤਾਬਕ ਕਈ ਲੋਕ ਬਾਰੋਂ ਮੈਨੂੰ ਡੋਨੇਟ ਕਈ ਸਾਲਾਂ ਤੋਂ ਕਰਦੇ ਆ ਰਹੇ ਜਿਹੜੀ ਡੋਨੇਸ਼ਨ ਆਈ ਹੈ ਨੋਟ ਰੀਸੀਵਡ ਐਨੀ ਮਨੀ ਐਟ ਅil ਤੇ ਮੈਂ ਉਹਨਾਂ ਐਨਆਰਏ ਵੀਰ ਭਰਾਵਾਂ ਅਗੇ ਵੀ ਸਟਰੋਂਗਲੀ ਰਿਕਵੈਸਟ ਹੈ ਕਿ ਜਿਹੜੇ ਵੀ ਲੋਕ ਮੇਰੇ ਨਾਮ ਦਾ ਕੋਈ ਡੋਨੇਟ ਭੇਜ ਰਹੇ ਨੇ ਕਈ ਸਾਲਾਂ ਤੋਂ ਮੈਂ ਤੁਹਾਡੇ ਨਾਮ ਦਾ ਇੱਕ ਵੀ ਰੁਪਇਆ ਅਜੇ ਤੱਕ ਰਿਸੀਵ ਨਹੀਂ ਕੀਤਾ ਤੇ ਮੇਰਾ ਸਹਿਯੋਗ ਦਿਓ ਮੈਂ ਤੁਹਾਡੇ ਨਾਲ ਆ ਉਹਨਾਂ ਉਤੇ ਬੰਦੀ ਕਾਨੂੰਨੀ ਕਾਰਵਾਈ ਤੁਰੰਤ ਕਰਨ ਦੀ ਕਿਰਪਾਤਾ ਕੀਤੀ ਜਾ ਸਕੇ ਤਾਂ ਕਿ ਉਹਨਾਂ ਨੂੰ ਪਤਾ ਚੱਲ ਸਕੇ ਕਿ ਇਸ ਬੰਦੇ ਨੇ ਪਹਿਲਾਂ ਇਤਨੀ ਮੇਰੇ ਨਾਮ ਦਾ ਲੋਕੀ ਮਿਸ ਜੂ ਸਕੇ ਬਾਰੋਂ ਪੈਸਾ ਮੰਗਵਾ ਕੇ ਆਪਣੀਆਂ ਪ੍ਰਾਪਰਟੀਆਂ ਕੋਠੀਆਂ ਗੱਡੀਆਂ ਕਾਰਾਂ ਪਲਾਟ ਸੋਨੇ ਖਰੀਦ ਕੇ ਬੈਗੇ ਦੇ ਨੇ ਜਿਹੜੇ ਬੰਦੇ ਨੇ ਦੁਕਾਨ ਤੇ ਇੱਕ 100 ਰੁਪਇਆ ਨਹੀਂ ਸੀ ਕਮਾਇਆਗਾ ਤਾਂ ਅੱਗੋਂ ਮੈਨੂੰ ਗਾਲ੍ਹੀਆਂ ਗਲੋਚ ਕਈ ਜਿਵੇਂ ਮੈਂ ਪੁੱਛਣਾ ਤਾਂ ਅੱਗੋਂ ਬਕਵਾਸ ਕਰਦੇ ਬਾਅਦ ਜਾ ਤੋਨ ਹੋਣਗੇ ਬੰਦੇ ਜਿਸ ਤਰ੍ਹਾਂ ਵੀ ਹੋਣਗੇ ਕਹਿੰਦਾ ਮਤਲਬ ਕਿ ਦੇ ਹੈਵ ਨੋ ਕਾਮਨ ਸੈਂਸ ਦੇ ਹੈਵ ਨੋ ਐਟੀਕੈਟਸ ਦੇ ਹੈਵ ਨੋਟ ਕੰਟਰੋਲ ਓਵਰ ਥੇਅਰ ਸੈਲਫ ਦੇ ਆਰ ਅ ਬੋਗਸ ਦੇ ਹੈਵ ਚੀਟੀ ਟੂ ਮੀ ਮਤਲਬ ਕਿ ਮੈਂ ਕਹਿੰਦਾ ਕਿ ਇਹਨਾਂ ਨੂੰ ਖਬਰਦਾਰ ਹੋਣਾ ਚਾਹੀਦਾ ਕਿ ਗਲਤ ਕੰਮ ਕਰਨ ਤੋਂ ਅਵੋਇਡ ਕਰੋ ਲੀਗਲੀ ਤੌਰ ਤੇ ਚਲੋ ਕਾਨੂੰਨ ਦੇ ਅੰਦਰ ਚ ਰਹਿ ਕੇ ਚਲੋ ਕਿਸੇ ਨੂੰ ਮਤਲਬ ਤੰਗ ਪਰੇਸ਼ਾਨ ਜਾਂ ਕਿਸੇ ਨੂੰ ਮਤਲਬ ਕ੍ਰਿਟੀਸਾਈਜ਼ ਨਾ ਕਰੋ ਕਿ ਜਿੰਦਗੀ ਨਾ ਖਲਵਾ ਨਾ ਕਰੋ ਬਾਕੀ 2022 ਦੇ ਵਿੱਚ ਮੈਨੂੰ ਲੋਕੀ ਕਹਿੰਦੇ ਕਿ ਐਮਐਲਏ ਇਲੈਕਸ਼ਨ ਆ ਰਹੇ ਆ ਵਿਨੇ ਮਾਜੀ ਤੁਸੀਂ ਐਮਐਲਏ ਇਲੈਕਸ਼ਨ ਲੜੋਗੇ ਮੈਂ ਕਹ ਵਕਤ ਆਏਗਾ ਦੇਖਾਂਗੇ ਪਰ ਲੋਕਾਂ ਦਾ ਰੁਝਾ ਹੈਗਾ ਕਿ ਇਹ ਬੰਦਾ ਗਾਂ ਆਵੇ ਮੈਂ ਕਹ ਵੇਖਾਂਗੇ ਪਰ ਇਲੈਕਸ਼ਨ ਕਰਨੇ ਲੜਨੇ ਤੇ ਪੈਸੇ ਲੱਗਦੇ ਨੇ ਮੈਂ ਕਹ ਬਾਕੀ ਚਲੋ ਦਾਖਲਾ ਭਰੋ ਪੇਪਰ ਦੀ ਤਿਆਰੀ ਕਰੋ ਤਾਂ ਬੰਦਾ ਕਾਮਯਾਬ ਹੋ ਜਾਂਦਾ ਤੇ ਦੂਸਰੀ ਗੱਲ ਹੈਗੀ ਹੈ ਕਿ ਜੇ 2022 ਦੇ ਵਿੱਚ ਅਸੀਂ ਸੁਣਨ ਜਾਂ ਆਂਦੇ ਆ ਕਈ ਲੋਕ ਕਹਿੰਦੇ ਤੁਸੀਂ ਸਾਡੀ ਪਾਰਟੀ ਹੋ ਲੋ ਕਈ ਲੋਕ ਕਹਿ ਹੀ ਦਿੰਦੇ ਆ ਜਰਨਲਿਸਟ ਜਰਨਲੀ ਤੌਰ ਤੇ ਤਾਂ ਮੈਂ ਕਹਣਾ ਕਿ ਜਿੱਧਰ ਵੀ ਜਾਂਦਾ ਕਿ ਮੈਨੂੰ ਸਹੀ ਕੋਈ ਪੋਜੀਸ਼ਨ ਨਾ ਜ ਨਹੀਂ ਆਂਦੀ ਮੈਂ ਕਹਣਾ ਖੁਦ ਕਿਉਂ ਨਾ ਆਪਣੀ ਪਾਰਟੀ ਨਵੀਂ ਤਿਆਰ ਕੀਤੀ ਜਾਵੇ ਕਿਉਂਕਿ ਮੈਂ ਮੇਰੀ ਆਪਣੀ ਸੈਲਫ ਸਟੈਂਡਿੰਗ ਬਥੇਰੀ ਹੈ ਗਈ ਹੈ ਤੇ ਮੈਂ ਜਿਹੜੇ ਲੋਕ ਜੇ ਮੈਂ ਨਵੀਂ ਪਾਰਟੀ ਕੋਈ ਸਟੈਂਡ ਕਰਨ ਦੀ ਕੋਸ਼ਿਸ਼ ਹੁਣ ਕਰਦਾ ਵਾਂ ਜੇ ਕਰ ਲੈਣਾ ਵਾਂ ਤੇ ਮੇਰੀ ਉਹ ਜਿਹੜੇ ਵਿਲਿੰਗ ਕੈਂਡੀਡੇਟ ਸਹੀ ਬੰਦੇ ਆ ਜਿਹੜੇ ਲੋਕ ਲੀਗਲੀ ਤੌਰ ਤੇ ਫੀਫੁਲੀ ਬੰਦੇ ਜਿਹੜੇ ਮੈਨੂੰ ਜੇ ਇਹ ਗੱਲਾਂ ਮੇਰੀਆਂ ਸੁਣਦੇ ਹੋ ਤਾਂ ਲਾਈਕ ਕਰਦੇ ਹੋ ਤਾਂ ਮੇਰੇ ਨਾਲ ਜੁੜਨ ਦੀ ਮਤਲਬ ਪੌਸਿਬਿਲਟੀ ਰੱਖਦੇ ਨੇ ਕਿ ਜੇ ਉਹਨਾਂ ਚ ਜਜ਼ਬਾ ਹੈਗਾ ਇਹ ਮੇਰੇ ਲੀਗਲੀ ਤੌਰ ਤੇ ਝੂਠ ਇੱਕ ਪੈਸਾ ਨਹੀਂ ਚਲਣਾ ਤੇ ਮੇਰੇ ਨਾਲ ਸਹਿਮਤ ਹੋ ਕੇ ਤਾਂ ਮੈਂ ਉਹਨਾਂ ਦੇ ਨਾਲ ਸਹਿਮਤ ਤੇ ਉਹ ਮੈਨੂੰ ਮਿਲ ਸਕਦੇ ਹੈਗੇ ਨੇ ਤੇ ਮੈਂ ਆਪਣੀ ਪਾਰਟੀ ਹੀ ਨਵੀਂ ਤਿਆਰ ਇਹੋ ਜੀ ਕਰਾਂਗਾ ਜਿਹੜੀ ਸਟੇਟ ਲੈਵਲ ਦੇ ਉੱਤੇ ਕੱਲ ਨੂੰ ਹੋਸਾ ਇੰਡੀਆ ਲੈਵਲ ਤੇ ਵੀ ਹੋ ਸਕੇ ਕਸੀਂ ਲੋਕਾਂ ਦੀ ਸੇਵਾ ਵਿੱਚ ਹਰ ਵਕਤ ਹਾਜ਼ਰ ਰਵਾਂਗੇ ਕੰਮ ਉਹ ਕਰਨੇ ਜਿਹੜੇ ਪਤਾ ਲੋਕਾਂ ਨੂੰ ਲੱਗੇ ਕਿ ਕੰਮ ਕਰਾਈ ਦੇ ਕਿਦਾਂ ਤੇ ਕਰੀ ਦੇ ਕਿਦਾਂ ਤੇ ਹੁੰਦੇ ਕਿਦਾਂ ਹੈਗੇ ਨੇ ਬੰਦਿਆਂ ਦੀ ਵੇ ਆਫ ਕਨਵਿੰਸਿੰਗ ਪਾਵਰ ਕੋਆਪਰੇਸ਼ਨ ਸਹੀ ਹੋਏ ਤਾਂ देयर ਇਜ਼ ਨੋ ਪ੍ਰੋਬਲਮ ਐਟ ਆਲ ਜੀ ਜੇ ਤੁਹਾਨੂੰ ਕੋਈ ਪਾਰਟੀ ਕਹਿੰਦੀ ਏ ਕਿ ਸਾਡੇ ਵਿੱਚ ਇਨਵੋਲਵ ਹੋ ਜਾਓ ਕਿ ਜੇ ਪਾਰਟੀ ਤੁਹਾਨੂੰ ਕੋਈ ਸ਼ਾਮਲ ਕਰਦੀ ਏ ਤੁਸੀਂ ਕਿਹੜੀ ਪਾਰਟੀ ਵਿੱਚ ਸ਼ਾਮਲ ਹੋਣਾ ਪਸੰਦ ਕਰੋਗੇ ਪਾਰਟੀਆਂ ਪਾਰਟੀਆਂ ਜਿਹਨੀਆਂ ਬੰਦਾ ਖੁਦ ਆਪ ਆਪਣੀਆਂ ਬਣਾਉਂਦਾ ਹੈਗਾ ਵਾ ਤੇ ਹਰ ਬੰਦਾ ਕਹਿੰਦਾ ਕਿ ਜੀ ਪਾਰਟੀ ਜਿਹੜੀ ਹੈਗੀ ਆ ਕਿ ਅਸੀਂ ਆ ਪਾਰਟੀ ਹੈ ਸਾਡੀ ਪਾਰਟੀ ਜੇ ਸਾਡੀ ਪੜ ਜੀ ਆ ਜੋਰ ਚ ਆ ਜੋ ਮੈਂ ਕਹਿੰਦਾ ਕਿਸੇ ਪਾਰਟੀ ਚ ਨਹੀਂ ਮੈਂ ਜਾਣਾ ਮੈਂ ਆਪਣੀ ਖੁਦ ਦੀ ਪਾਰਟੀ ਨਵੀਂ ਸਟੈਂਡ ਕਰਾਂਗਾ ਜਿਹਦਾ ਜਿਹਦਾ ਮੈਨੂੰ ਲਾਈਕ ਕਰਦਾ ਹੈਗਾ ਉਹ ਮੇਰੇ ਨਾਲ ਜੁੜ ਸਕਦਾ ਹੈਗਾ ਤੇ ਮੈਂ ਮੈਨੂੰ ਉਹ ਅਕੋਮੋਡੇਟ ਕਰੇ ਤੇ ਮੈਂ ਉਹਨਾਂ ਨੂੰ ਅਕੋਮੋਡੇਟ ਕਰਾਂਗਾ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਥੈਂਕਸ ਧੰਨਵਾਦੀ ਹਾਂ ਕਿ ਜਿਹੜਾ ਬੰਦਾ ਸਹੀ ਤਰੀਕੇ ਨਾਲ ਲੀਗਲੀ ਤੌਰ ਤੇ ਚੱਲ ਜਿਹਦੇ ਵਿੱਚ ਫਰਾਡ ਕੰਮ ਕੋਈ ਨਾ ਹੋਏ ਤੇ ਧੋਖਾ ਨਾ ਹੋਏ ਤੇ ਦੁਨੀਆ ਦਾ ਵੀ ਸੁਧਾਰ ਹੋਵੇ ਤੇ ਦੁਨੀਆ ਦੇ ਕੰਮ ਵੀ ਹੋਣ ਦੁਨੀਆ ਨੂੰ ਕੋਈ ਕਿਸੇ ਲਈ ਕੋਈ ਅਸੂਦਾ ਪੈਦਾ ਨਾ ਹੋਵੇ ਤੇ ਮੇਰੇ ਨਾਲ ਲੀਗਲੀ ਤੌਰ ਤੇ ਹਰ ਬੰਦਾ ਮੈਨੂੰ ਲੀਗਲੀ ਤੌਰ ਤੇ ਮਿਲ ਸਕਦਾ ਹੈਗਾ ਵਾ ਤਰੀਕੇ ਨਾਲ ਤੇ ਅਬ ਮੈਂ ਵੀ ਉਹਨਾਂ ਨੂੰ ਮਿਲ ਸਕਣਾ ਹੈਗਾ ਵਾ ਤੇ ਮੈਂ ਤਾਂ ਕਰਕੇ ਲਾਈਵ ਹੁੰਦਾ ਕਿਉਂਕਿ ਦੁਨੀਆ ਮੈਨੂੰ ਲਾਈਕ ਕਰਦੀ ਹੈ ਤੇ ਲੋਕੀ ਕਹਿੰਦੇ ਤੁਸੀਂ ਜ਼ਰੂਰ ਐਮਐਲਏ ਇਲੈਕਸ਼ਨ ਲੜਨੇ ਮੈਂ ਕਹਾ ਹੈਡ ਆਫ ది ডিপਾਰਟਮੈਂਟ ਵੇਖਾਂਗੇ ਅਸੀਂ ਕਿਹਾਂ ਕਹ ਜਹਾਗਲਾ ਆਂਦਾ ਜਿਹੜੇ ਬੰਦੇ ਸਹੀ ਮੈਨੂੰ ਗੱਲਾਂ ਨੂੰ ਸਹੀ ਸਮਝਦੇ ਨੇ ਮੈਨੂੰ ਕੋਈ ਵੱਡੇ ਛੋਟੇ ਦੀ ਗੱਲ ਨਹੀਂ ਕੋਈ ਕਾਲਾ ਨਹੀਂ ਕੋਈ ਗੋਰਾ ਨਹੀਂ ਕੋਈ ਮੀਰ ਨਹੀਂ ਕੋਈ ਗਰੀਬ ਨਹੀਂ ਨਫਰਤ ਦੇ ਬੀਜ ਨਹੀਂ ਬੋਨੇ ਅਸਲ ਕਹਾਣੀ ਹੈ ਕਿ ਲੋਕਾਂ ਦਾ ਕੰਮ ਹੋਣਾ ਚਾਹੀਦਾ ਹੈ ਦੁਨੀਆ ਖੁਸ਼ਹਾਲ ਹੋਵੇ ਆਪ ਵੀ ਖੁਸ਼ਹਾਲ ਰਹੋ ਕਿਸੇ ਦਾ ਮਾਰਾ ਨਾ ਕਰੋ ਕਾਨੂੰਨ ਦੇ ਅੰਦਰ ਚ ਰਹਿ ਕੇ ਚਲੋ ਅੱਖੀਂ ਵੇਖੋ ਕਨੇਸ ਨੂੰ ਨੂੰ ਸੁਣੇ ਸੁਣੇ ਸਹੀ ਗੱਲ ਦਾ ਕੋਈ ਯਕੀਨੀ ਸੱਚਾਈ ਨਹੀਂ ਫਿਰ ਹਜ਼ਾਰ ਵਾਰੀ ਚੈੱਕ ਕਰੋ ਸੱਚ ਕੀ ਹੈ ਝੂਠ ਕੀ ਹੈ ਜੇ ਉਹ ਮੈਨੂੰ ਚੰਗਾ ਸਮਝਦੇ ਹਨ ਤੇ ਮੇਰੇ ਨਾਲ ਜੁੜ ਸਕਦੇ ਹੈਗੇ ਨੇ ਮੈਂ ਵੀ ਉਹਨਾਂ ਨਾਲ ਜੁੜ ਸਕਦਾ ਹਾਂ ਨੂੰ ਸਟੇਰ ਦੇ ਚ ਉਹ ਕਿਹੜੇ ਵਧੀਆ ਲੱਗਦੇ ਜਿਹੜੇ ਤੁਹਾਡੇ ਨਾਲ ਜੁੜ ਜਾਂਦੇ ਤੇ ਵਧੀਆ ਕੰਮ ਹੁੰਦਾ ਮੈਨੂੰ ਐਸਐਸਪੀ 2006 ਦੇ ਵਿੱਚ ਮੈਨੂੰ ਇੱਕ ਕ੍ਰਿਟੀਕਲੀ ਕੇਐਸੀਐਮ ਅੰਬਰਸਾਰ ਦਾ ਤੇ ਓਰੇ ਵਿੱਚ ਜਿਹੜੇ ਸਰਦਾਰ ਕੂਹ ਵਿਜੇ ਪ੍ਰਤਾਪ ਸਿੰਘ ਜੀ ਅਜਿਹੇ ਅੱਜਕੱਲ ਆਈਜੀ ਰਹੇ ਨੇ ਅੰਬਰਸਾਰ ਉਹ ਤਾਂ 206 ਦੇ ਕਾਰਪੋਰੇਸ਼ਨ ਦੇ ਇਲੈਕਸ਼ਨ ਤੇ ਇਹਨਾਂ ਦੀ ਐਡ ਵੀ ਸਪੋਰਟ ਇੱਕ ਉਸੇ ਵੇਲੇ ਇਹਨਾਂ ਕੋ ਸਾਰੀ ਪੂਲ ਸੇ ਥਰ-ਥਰ ਕੰਮ ਵਧੀਆ ਨੇ ਕੰਮ ਕੀਤਾ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਅਪਲਾਈਜ਼ਾਂ ਤੇ ਮੈਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਹੈਗੀ ਜਿਹੜੇ ਮੇਰੇ ਨਾਲ ਜੁੜ ਜਾਣ ਤਾਂ ਮੈਂ ਵੀ ਉਹਨਾਂ ਨਾਲ ਜੁੜ ਕੇ ਤਾਂ ਨਵੀਂ ਮੈਂ ਲੀਡਰਾਂ ਦੀ ਗੱਲ ਕੀਤੀ ਹੈ ਤੇ ਜਿੱਦਾਂ ਨਵਜੋਤ ਸਿੰਘ ਨਵਜੋਤ ਸਿੰਘ ਸਿੱਧੂ ਜੀ ਹੋ ਗਏ ਜਾਂ ਉਸ ਤਰ੍ਹਾਂ ਹੀ ਵਧੀਆ ਜਾਂ ਹੋਰ ਵੀ ਜਿਹੜੇ ਬੰਦੇ ਵਧੀਆ ਆਪਣੇ ਆਪ ਨੂੰ ਮਤਲਬ ਲਾਇਕ ਕਰਦੇ ਨੇ ਮੈਨੂੰ ਕੰਟੈਕਟ ਕਰ ਸਕਦੇ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਅਪਲਾਈਜ਼ ਬਹੁਤ ਬਹੁਤ ਥੈਂਕਸ ਤੇ ਮੈਂ ਵੀ ਉਹ ਜਜਬਾਵਾ ਕੁਛ ਕਰਕੇ ਦਿਖਾਉਂਦਾ ਆਪਣੇ ਦੇਸ਼ ਵਾਸਤੇ ਆਪਣੇ ਸੂਬੇ ਵਾਸਤੇ ਪਰ ਹੁਣ ਕਿਸਮਾਂ ਦਾ ਉਸਦੀ ਕਿ ਕਿਸਮਤ ਕਿਸ ਤਰ੍ਹਾਂ ਰੰਗ ਲੈਂਦੀ ਹੈ ਕਿਉਂਕਿ ਉਸਨੇ ਪਿੱਛੇ ਚੋਣਾਂ ਲੜੇ ਸੀ ਨਗਰ ਕੌਂਸਲ ਦੇ ਉਸ ਦੇ ਵਿੱਚ 15 ਵੋਟਾਂ ਨਿਕਲੀਆਂ ਉਸ ਬਾਕਸ ਚ ਪਰ ਬੰਦੇ ਦੇ ਸੁਪਨੇ ਬੜੇ ਨੇ ਆਪਣੀ ਪਾਰਟੀ ਬਣਾਉਣ ਦੇ ਸੁਪਨੇ ਨੇ ਉਸ ਪਾਰਟੀ ਦੇ ਵਿੱਚ ਚੰਗੇ ਲੀਡਰਾਂ ਨੂੰ ਲੈਣਾ ਪਸੰਦ ਕਰਦੇ ਨੇ ਉਹ ਲੀਡਰ ਇਸ ਸਖਸਾ ਸੰਪਰਕ ਕਰ ਸਕਦੇ ਨੇ ਇਹਨਾਂ ਦੇ ਕਹਿੰਦੇ ਮਦਾਵਕ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਉਹ ਲੀਡਰ ਜਿਹੜੇ ਉੱਚ ਅਧਿਕਾਰ ਉੱਚ ਲੀਡਰ ਨੇ ਉਹ ਮੇਰੇ ਨਾਲ ਸੰਪਰਕ ਕਰਕੇ ਮੇਰੀ ਪਾਰਟੀ ਜੁਆਇਨ ਕਰ ਸਕਦੇ ਨੇ ਪਾਰਟੀ ਬਣਾਉਣ ਦੀ ਸੋਚ ਰਹੇ ਨੇ 2022 ਦੇ ਇਲੈਕਸ਼ਨਾਂ ਵਾਸਤੇ ਹੁਣ ਵੇਖਾਂਗੇ ਕਿ ਵਿਨੇ ਮਾਜਨ ਪਿਛਲੀ ਵਾਰ ਵਾਂਗਾ 17 ਮੋਟਾ 15 ਮੋਟਾ ਨਾਲ ਜਿੱਤਦੇ ਆ ਦੇ ਨਾਲ ਜਨ 1.5 ਲੱਖ ਵੋਟ ਦੇ ਨਾਲ ਅੱਗੋਂ ਜਾ ਕੇ ਆਪਣੀ ਪਾਰਟੀ ਸਟਰੋਂਗ ਕਰਦੇ ਨੇ ਕੈਮਰਾ ਪਰਸਨ ਜਸਵਿੰਦਰ ਬਦੀਨਾ ਜਤਿੰਦਰ ਕੁੰਡਾ ਦਿੱਲੀ ਪੋਸਟ ਪੰਜਾਬੀ ਗੁਰਦਾਸਪੁਰ